गुड मॉर्निंग एवरीवन। बेटा आपा करना है आंटी ठीक आप टुकड़ी, ठीक है। कल तुहाडा टेस्ट है, सो टेस्ट दा सिलेबस ऑलरेडी तुहाडे कोल जा चुका है, ठीक है। सो एक मैं तुहानू असाइनमेंट भेजी है नियर अबाउट 25 क्वेश्चंस, ठीक है। वो मैं तुहानू क्या, या तो तुसी उना दे प्रिंट आउट निकाल लो या तुसी ओनू अपनी नोटबुक पे जस्ट ओदियां ऑप्शंस लिख लो, जिस तरह भी तुहानू ईजी लग रहा है, ठीक है। प्रिंट आउट कढ़वा लोगे तो वेल एंड गुड है, जेडे नहीं कढ़वा सकते इट्स ओके, राइट। सो जेडिया भी मैं थानू असाइनमेंट सेंड कर दी जावांगी, इन्हां नू तुसी एक फोल्डर विच रख लो, ठीक है, ताकि जो पेपर आन ते तुहानू ईजीली मिल जाए। बिकॉज हुण अकॉर्डिंग टू CBSE तुहाडा जिहड़ा पैटर्न है वो चेंज हो चुका है, तुहानू सारे MCQs आने। तो MCQs मतलब ये नहीं कि पेपर बहुत ईजी हो गया, MCQs means तुहानू बहुत कुछ थोरली रीड करना पएगा, ठीक है, थोरली। और बाद विच जिहड़ा सब्जेक्टिव होएगा उहदे लई तां ऑब्वियसली तुसी थोरली रीड करदे हो। सब्जेक्टिव दे विच कई बारी हुंदा है कि तुसी इन्ना पढ़दे भी नहीं, चलो फिर भी तुसी लिख सकदे हो, बट MCQs दे विच तुहाडे कोल एक बारी तुसी उहनूं मतलब देखिया होवे, उस चीज नूं पढ़िया होवे, ठीक है। सो बहुत ज्यादा प्रैक्टिस करनी है। अगर किसी नूं कल दे जिहड़ी असाइनमेंट भेजी है उहदे विच कोई भी प्रॉब्लम होएगी ਤਾਂ ਕੱਲ ਵੀ ਸਾਡਾ ਪੀਰੀਅਡ ਹੈ, ਤੁਸੀਂ ਕੱਲ ਵੀ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਅੱਜ ਪਹਿਲਾਂ ਆਪਣੀ ਉਹ ਵਾਲੀ ਅਸਾਈਨਮੈਂਟ ਦੇਖਿਓ, ਔਰ ਬਾਕੀ ਦੇ ਜਿਹੜੇ ਤੁਹਾਨੂੰ ਵਨ ਵਰਡ ਪਹਿਲਾਂ ਜਦੋਂ ਸਾਡੀ ਬ੍ਰੇਕ ਸੀਗੀ, ਠੀਕ ਹੈ, ਜੂਨ ਦੀ, ਉਹਦੇ ਵਿੱਚ ਵੀ ਮੈਂ ਤੁਹਾਨੂੰ ਸੈਂਡ ਕੀਤੇ ਸੀਗੇ, ਔਰ ਸ਼ਬਦ ਦੇ ਵੀ ਮੈਂ ਤੁਹਾਨੂੰ ਲਿਖਵਾਏ ਹੋਏ ਨੇ ਨੀਅਰ ਅਬਾਊਟ 15-16 ਕੁਸ਼ਚਨ ਔਰ ਮੁਹਾਵਰੇ, ਠੀਕ ਹੈ, ਔਰ ਦੱਸੇ ਵੀ ਸੀ ਮੁਹਾਵਰੇ ਕਿਸ ਤਰ੍ਹਾਂ ਨਾਲ ਆ ਸਕਦੇ ਨੇ। ਸੋ ਉਹਦੇ ਨਾਲ ਹੀ ਰਿਲੇਟਡ ਨੇ ਤੁਹਾਡਾ ਟੈਸਟ ਕੱਲ, ਓਕੇ। ਸੋ ਓਪਨ ਯੋਰ ਫੇਅਰ ਨੋਟਬੁੱਕ, ਫੇਅਰ ਨੋਟਬੁੱਕ 'ਤੇ ਅੱਜ ਆਪਾਂ ਪਹਿਲਾਂ ਆਂਡੀ ਠੀਕ ਕਾਵਿ ਟੁਕੜੀ ਕਰਾਂਗੇ, ਉਸ ਤੋਂ ਬਾਅਦ ਵਿੱਚ ਅਸੀਂ ਸਾਹਿਤ ਮਾਲਾ ਦਾ ਚੈਪਟਰ ਪੜਾਂਗੇ ਪ੍ਰਾਰਥਨਾ, ਠੀਕ ਹੈ। ਸੋ ਦੇਖੋ ਆਂਡੀ ਠੀਕ ਕਾਵਿ ਟੁਕੜੀ MCQs ਵਿੱਚ ਆ ਸਕਦੀ ਹੈ, ਓਕੇ। ਸੋ ਪਹਿਲਾਂ ਤੁਹਾਨੂੰ ਪੈਰਾ ਜਿਹੜਾ ਲਿਖਿਆ ਹੋਇਆ ਹੈ ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਈਜ਼ੀ ਹੈ ਬਹੁਤ ਅਗਰ ਤੁਸੀਂ ਪੈਰੇ ਨੂੰ ਧਿਆਨ ਨਾਲ ਪੜ੍ਹੋ ਬਸ, ਠੀਕ ਹੈ। ਦਸੇ ਗੁਰੂਆਂ ਸਿੱਖੀ ਦੀ ਜੋਤ ਵਾਲੀ ਰੋਸ਼ਨ ਸ਼ਮਾ ਇਹ ਰਹੂਗੀ ਜਗਨ, ਮਤਲਬ ਜਿਹੜੇ ਮੈਂ ਪਹਿਲਾਂ ਨਹੀਂ ਬੋਲਣਾ ਬਿਕੋਜ਼ ਆਫ ਫਸਟ ਦਾ ਹੀ ਆਨਸਰ ਹੈ, ਠੀਕ ਹੈ। ਉਹਨਾਂ ਨੇ ਸਿੱਖੀ ਦੀ ਜੋਤ ਵਾਲੀ ਸੀ, ਮਤਲਬ ਉਹਨਾਂ ਨੇ ਕੀ ਕੀਤਾ ਸੀਗਾ ਕਿ ਸਿੱਖਾਂ ਦੇ ਅੰਦਰ ਉਹਨਾਂ ਨੇ ਸਿੱਖੀ ਨੂੰ ਹੋਰ ਜ਼ਿਆਦਾ ਉਜਾਗਰ ਕੀਤਾ ਸੀ, ਤੇ ਜਿਹੜੀ ਉਹਨਾਂ ਨੇ ਜੋਤ ਵਾਲੀ ਸੀ, ਜਿਹੜੇ ਗੁਰੂਆਂ ਨੇ ਜੋਤ ਵਾਲੀ ਸੀਗੀ, ਤੇ ਇਹ ਹਮੇਸ਼ਾ ਹੀ ਜੱਗ ਦੇ ਅੰਦਰ ਬਲਦੀ ਰਹੇਗੀ। ਸ਼ਮਾ ਕੀ ਹੁੰਦਾ, ਜਿਹੜੀ ਮਸ਼ਾਲ ਹੁੰਦੀ ਹੈ, ਹਮੇਸ਼ਾ ਬਲਦੀ ਰਹੇਗੀ, ਕਦੇ ਵੀ ਇਹ ਬੁੱਝੇਗੀ ਨਹੀਂ ਜਾਂ ਧੀਮੀ ਨਹੀਂ ਹੋਏਗੀ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਠੀਕ ਹੈ, ਤੁਹਾਡੀ ਸੋਚ ਦੇ ਅੰਦਰ ਇਹ ਇੱਕ ਨੂਰ, ਨੂਰੀ ਬਾਲੂ, ਨੂਰ ਹੁੰਦਾ ਮਤਲਬ ਕਿ ਰੂਹਾਨੀ, ਰੂਹਾਨੀ ਚਿਰਾਗ ਨੂੰ ਹਮੇਸ਼ਾ ਇਹ ਬਾਲ ਕੇ ਰੱਖੂਗੀ ਤੁਹਾਡੀ ਅੰਦਰ, ਮਨ ਦੇ ਅੰਦਰ ਸੂਰਜ ਵਾਂਗ ਲਿਸ਼ਕਾਏਗੀ ਮਨ, ਤੇ ਜਿਸ ਤਰ੍ਹਾਂ ਸੂਰਜ ਹੈ ਚੰਗੀ ਤਰ੍ਹਾਂ ਨਾਲ ਲਿਸ਼ਕਦਾ ਹੈ, ਉਹਦਾ ਤੇਜ਼ ਪ੍ਰਤਾਪ ਹੁੰਦਾ ਹੈ, ਇਸੇ ਤਰ੍ਹਾਂ ਹੀ ਜਿਹੜੀ ਸਿੱਖੀ ਦੀ ਜੋਤ ਹੈ, ਜੋ ਸਾਨੂੰ ਉਪਦੇਸ਼ ਦਿੱਤੇ ਹੋਏ ਨੇ ਗੁਰੂਆਂ ਨੇ, ਉਹ ਤੁਹਾਡੇ ਮਨ ਅੰਦਰ ਹਮੇਸ਼ਾ ਲਿਸ਼ਕਦੇ ਰਹਿਣਗੇ, ਜਿਸ ਤਰ੍ਹਾਂ ਕਿ ਸੂਰਜ ਲਿਸ਼ਕਦਾ ਹੈ, ਠੀਕ ਹੈ। ਸੋ ਰਾਈਡਮ ਫਸਟ ਕੁਸ਼ਚਨ, ਸਿੱਖੀ ਦੀ ਜੋਤ ਕਿੰਨਵੇਂ ਗੁਰੂ ਨੇ ਬਾਲੀ, ਆਨਸਰਸ ਤੁਸੀਂ ਦੇਣੇ ਨੇ, ਠੀਕ ਹੈ। ਸਿੱਖੀ ਦੀ ਜੋਤ ਕਿੰਨਵੇਂ ਗੁਰੂ ਨੇ ਬਾਲੀ, ਫਸਟ ਆਪਸ਼ਨ, ਠੀਕ ਹੈ, ਦਸਵੇਂ, ਤੀਜੇ, ਪਹਿਲੇ ਜਾਂ ਦੂਸਰੇ, ਕਿਹੜੇ ਗੁਰੂ ਜੀ ਨੇ ਬਾਲੀ ਸੀ ਸਿੱਖੀ ਦੀ ਜੋਤ ਸਿੱਖਾਂ ਦੇ ਅੰਦਰ, ਰੇਜ ਯੋਰ ਹੈਂਡ, ਸਿੱਖੀ ਦੀ ਜੋਤ ਕਿੰਨਵੇਂ ਗੁਰੂ ਨੇ ਬਾਲੀ। ਹਾਂਜੀ ਧਰੁਵ ਮਹਿਤਾ ਮੈਮ, ਦਸਵੇਂ। ਵੈਰੀ ਗੁੱਡ, ਦਸਵੇਂ ਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਠੀਕ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਤੇ ਉਹਨਾਂ ਨੇ ਪੰਜ ਪਿਆਰੇ ਸੁਣਿਆ ਹੈ ਤੁਸੀਂ, ਕਾਫੀ ਬੱਚਿਆਂ ਨੂੰ ਪਤਾ ਵੀ ਹੈ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਤਾਂ ਉਹਨਾਂ ਨੂੰ ਪੰਜ ਪਿਆਰਾਂ ਦਾ ਰੂਪ ਦਿੱਤਾ ਸੀ, ਠੀਕ ਹੈ, ਤੇ ਉਹਨਾਂ ਨੇ ਇਹ ਜੋਤ ਬਾਲੀ ਸੀ, ਤਾਂ ਉਹ ਕਹਿੰਦੇ ਸੀਗੇ ਕਿ ਇਹ ਜੋਤ ਜਿਹੜੀ ਅੱਗੇ ਤੋਂ ਅੱਗੇ ਏਦਾਂ ਹੀ ਬਲਦੀ ਰਹਿਣੀ ਚਾਹੀਦੀ ਹੈ, ਮਤਲਬ ਕਿ ਏਦਾਂ ਹੀ
सिक्खी का प्रचार होंदा रहेगा तो लोग हमेशा इस धर्म का सत्कार करेंगे। ठीक है, सो आंसर इज दसवें गुरु ने। सी इत लिखा ना दसे गुरुआं सिक्खी की जोत वाली, दसे मतलब पहले गुरुआ ने भी बाली सी पर गुरु गोबिंद सिंह जी ने खालसा पंथ की साजना करके इसनों थोड़ा होर प्रफुलित कर दिता। ठीक है, सेकेंड क्वेश्चन, गुरुआ ने केहड़ी जोत बाली, गुरुआ ने केहड़ी जोत बाली। ठीक है, ऑप्शंस सिक्खी दी खालसे दी धर्म दी, नेक्स्ट मनुख दी। ठीक है, सेकंड गुरुआ ने केहड़ी जोत बाली, अमृतपाल अमृत सिक्खी दी। ठीक है, सिक्खी दी, सिक्खी दी जोत बाली, देखो ऊपर लाइन लिखा होया है। ठीक है, उन्होंने सिक्खी दी जोत बाली। थर्ड क्वेश्चन, थर्ड सिक्खी दी जोत दुनिया दे अंदर केड़ी चीज नू रोशन करेगी, सिक्खी दी जोत दुनिया अंदर केहड़ी चीज नू रोशन करेगी। ठीक है, ऑप्शन वन ज्ञान दी, सेकेंड ऑप्शन मनुखी मन दी, और दिमाग दी, फोर्थ या सच दी। थर्ड क्वेश्चन, सिक्खी दी जोत दुनिया दे अंदर केहड़ी चीज नू रोशन करेगी, पढ़ो लाइना पढ़ो पहला, ठीक है, ओदे अकॉर्डिंगली आंसर दो, ज्ञान दी मनुखी मन दी दिमाग दी या सच दी, किस जोत नू बालना है ते ओ जोत केहड़ी चीज नू रोशन करेगी। एनीवन, कोई गैस होवे किसे कोल? यस हिमानी, हिमानी मैम मनुखी मन दी। वेरी गुड, मनुखी मन दी। ठीक है, मनुखी मन दी, लास्ट लाइन देखो सूरज वांग लिशकाएगी मन अंदर, मनुखी मन दी चीज नू रोशन करेगी कि जब तुहाडा मन जिहड़ा है ओदे अंदर हमेशा यह जोत बलदी रहेगी। ठीक है, लास्ट क्वेश्चन, कवि, लास्ट कवि किना नू उपदेश दे रहा है, कवि किना नू उपदेश दे रहा है, ऑप्शंस में इत्थे लिख रही हां बेटा। ठीक है, सिखा नू, दूसरा लोकां नू, तीसरा खालसे नू, चौथा गुरु नू। कवि किन्हां नू संदेश दे रहा है या उपदेश दे रहा है? हाँ जी प्रशांत, कवि लोकां नू उपदेश दे रहा है, लोकां नू पढ़ो जरा, किसान लोकां नू दे रहा है
ਇਸ ਦੇ ਅਕੋਰਡਿੰਗਲੀ ਠੀਕ ਹੈ ਕਿਹਨਾਂ ਨੂੰ ਉਪਦੇਸ਼ ਦੇ ਰਿਹਾ ਹੈ ਸਿੱਖੀ ਦੀ ਜੋਤ ਵਾਲੀ ਜਸਲੀਨ ਕ੍ਰਿਸ਼ਾਨੂ ਆਈ ਥਿੰਕ ਆਂਸਰ ਪਤਾ ਲੱਗ ਗਿਆ ਹਾਂਜੀ ਜਸਲੀਨ ਮੈਮ ਸਿੱਖਾਂ ਨੂੰ ਹਾਂਜੀ ਠੀਕ ਹੈ ਗੁੱਡ ਸਿੱਖਾਂ ਨੂੰ ਕ੍ਰਿਸ਼ਾਨ ਲੋਕਾਂ ਨੂੰ ਨੀ ਬੇਟਾ ਲੋਕਾਂ ਨੂੰ ਤਾਂ ਵੈਸੇ ਉਪਦੇਸ਼ ਦੇਣਾ ਹੈ ਪਰ ਪਰਟੀਕੂਲਰਸ ਲਾਈਨਾਂ ਦੇ ਅਕੋਰਡਿੰਗਲੀ ਠੀਕ ਹੈ ਓਕੇ ਰਾਈਟ ਬੇਟਾ ਹੋ ਗਿਆ ਕਾਫ ਟੁਕੜੀ ਡਨ ਠੀਕ ਹੈ ਅਗਰ ਤੁਸੀਂ ਲਿਖ ਲਈ ਹੋਏਗੀ ਤਾਂ ਮੈਨੂੰ ਦੱਸ ਦਿਓ ਓਕੇ ਸੋ ਏਦਾਂ ਤੁਹਾਨੂੰ ਐਮਸੀਕਿਊਜ਼ ਆਣਗੇ ਕਾਫ ਟੁਕੜੀ ਦੇ ਵੀ ਰਾਈਟ ਇਹ ਤੁਸੀਂ ਆਲਰੇਡੀ ਕਰਦੇ ਆ ਰਹੇ ਹੋ ਜਾਂ ਤੁਹਾਨੂੰ ਜਿਹੜਾ ਪਹਿਲਾਂ PT1 ਹੋਇਆ ਉਹਦੇ ਵਿੱਚ ਸਿਰਫ ਤੁਹਾਨੂੰ ਕੁਸ਼ਚਨ ਪੁੱਛੇ ਗਏ ਸੀਗੇ ਠੀਕ ਹੈ ਹੁਣ ਕੁਸ਼ਚਨਸ ਨਹੀਂ ਆਣਗੇ ਹੁਣ ਐਮਸੀਕਿਊਜ਼ ਵਿੱਚ ਆਣਗੇ ਸੋ ਲਾਈਨਾਂ ਪੜ੍ਹੋ ਈਜ਼ੀ ਹੈ ਉਹਦੇ ਅਕੋਰਡਿੰਗਲੀ ਕਈ ਵਾਰੀ ਬਹੁਤ ਘੁਮਾ ਫਿਰਾ ਕੇ ਵੀ ਕੁਸ਼ਚਨਸ ਆ ਸਕਦੇ ਨੇ ਠੀਕ ਹੈ ਆਪਸ਼ਨ ਤੁਹਾਨੂੰ ਪਤਾ ਹੀ ਆ ਨਾਲ ਮਿਲਦੀਆਂ ਜੁਲਦੀਆਂ ਵੀ ਆ ਸਕਦੀਆਂ ਨੇ ਠੀਕ ਹੈ ਇਰੇਸ ਕਰ ਦਵਾਂ ਹੋ ਗਿਆ ਸਭ ਦਾ ਓਕੇ ਹਰਸ਼ਿਤ ਕਹਿ ਰਿਹਾ ਹੋ ਗਿਆ ਠੀਕ ਹੈ ਕਲੀਅਰ ਹੈ ਹੁਣ ਤੁਸੀਂ ਬੱਚੇ ਆਪਣੀ ਸਾਹਿਤ ਮਾਲਾ ਬੁੱਕ ਓਪਨ ਕਰੋ ਠੀਕ ਹੈ ਅਸੀਂ ਵਾਰਤਕ ਲੇਖ ਕਰਨਾ ਹੈ ਪ੍ਰਾਰਥਨਾ ਅੰਡਿੱਠੀ ਕਾਵ ਟੁਕੜੀ ਦੀ ਤੁਹਾਨੂੰ ਮੈਂ ਅਸਾਈਨਮੈਂਟ ਵੀ ਸੈਂਡ ਕਰਾਂਗੀ ਠੀਕ ਹੈ ਥੋੜੀ ਜੀ ਆਪਾਂ ਟਫ ਵਾਲੀ ਵੀ ਲਈਏ ਉਹਦੇ ਵਿੱਚੋਂ ਦੀ ਮੀਨਿੰਗਸ ਵਗੈਰਾ ਵੀ ਪੁੱਛੇ ਜਾ ਸਕਦੇ ਨੇ ਤੁਹਾਨੂੰ ਠੀਕ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ਬਦ ਵਿੱਚ ਕੀਤਾ ਸੀ ਰਾਈਟ ਔਰ ਜਿਹੜੀ ਆਪਾਂ ਕਰਾਂਗੇ ਡਿਸਕਸ ਲਾਸਟ ਤੇ ਠੀਕ ਹੈ ਜਿਹੜਾ ਸਾਡਾ ਲਾਸਟ ਡੇ ਹੋਇਆ ਕਰੇਗਾ ਸਪੋਜ਼ ਤੁਹਾਡੇ 4 ਦਿਨ ਨੇ ਤਾਂ ਥਰਸਡੇ ਅਗਰ ਤੁਹਾਡਾ ਪੀਰੀਅਡ ਹੈ ਤੇ ਅਸੀਂ ਉਸ ਦਿਨ ਅਸਾਈਨਮੈਂਟ ਡਿਸਕਸ ਕਰਿਆ ਕਰਾਂਗੇ ਅਗਰ ਸਾਡੇ ਕੋਲ ਟਾਈਮ ਹੋਇਆ ਕਰੇਗਾ ਠੀਕ ਹੈ ਸੋ ਸੀ ਸਾਹਿਤ ਮਾਲਾ ਬੁੱਕ ਠੀਕ ਹੈ ਪ੍ਰਾਰਥਨਾ ਲੇਖਕ ਕੌਣ ਹੈ ਡਾਕਟਰ ਬਲਬੀਰ ਸਿੰਘ ਰਾਈਟ ਸੋ ਹੁਣ ਦੇਖੋ ਅਸੀਂ ਕਾਵ ਰਚਨਾਵਾਂ ਪੜ੍ਹੀਆਂ ਠੀਕ ਹੈ ਦੋ ਪੜ੍ਹੀਆਂ ਔਰ ਉਹਦੇ ਵਿੱਚ ਇੱਕੋ ਹੀ ਗੱਲ ਨੂੰ ਦਰਸਾਇਆ ਗਿਆ ਸੀ ਠੀਕ ਹੈ ਕਿ ਤੁਸੀਂ ਪਰਮਾਤਮਾ ਦਾ ਨਾਮ ਲਓ ਪਰਮਾਤਮਾ ਦਾ ਨਾਮ ਲੈਣ ਵਾਲਾ ਵਿਅਕਤੀ ਹਮੇਸ਼ਾ ਸੁਖੀ ਰਹਿੰਦਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਸ਼ਟ ਨਹੀਂ ਆਉਂਦਾ ਇਹੀ ਇਸ ਚੈਪਟਰ ਦੇ ਵਿੱਚ ਵੀ ਕਿਹਾ ਗਿਆ ਹੈ ਪਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਐਗਜ਼ਾਮਪਲਸ ਲਿੱਤੀਆਂ ਨੇ ਇੱਕ ਸਟੋਰੀ ਵੀ ਲਿੱਤੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਠੀਕ ਹੈ ਸੋ ਚੈਪਟਰ ਨੂੰ ਬੇਟਾ ਥੋਰਲੀ ਰੀਡ ਕਰੋ ਅੱਗੇ ਤਾਂ ਤੁਸੀਂ ਕਈ ਵਾਰੀ ਮੰਨ ਲਓ ਕਿ ਹੁੰਦਾ ਹੈ ਕਿ ਆਪਾਂ ਚਲੋ ਚੈਪਟਰ ਥੋਰਲੀ ਰੀਡ ਥੋਰਲੀ ਸੋਰੀ ਰੀਡ ਨਹੀਂ ਕਰ ਪਾਉਂਦੇ ਠੀਕ ਹੈ ਬਟ ਹੁਣ ਐਮਸੀਕਿਊਸ ਆਣੇ ਨੇ ਸੋ ਤੁਹਾਨੂੰ ਹਰ ਇੱਕ ਲਾਈਨ ਜਿਹੜੀ ਹੈ ਬਹੁਤ ਧਿਆਨ ਨਾਲ ਪੜ੍ਹਨੀ ਪਏਗੀ ਜਿਹੜੇ ਇੰਪੋਰਟੈਂਟ ਲਾਈਨਸ ਨੇ ਉਹਨਾਂ ਨੂੰ ਅੰਡਰਲਾਈਨ ਕਰ ਲਓ ਨਾਲ ਹੀ ਅਸਾਈਨਮੈਂਟ ਵੀ ਮੈਂ ਤੁਹਾਨੂੰ ਸੈਂਡ ਕਰ ਦੇਵਾਂਗੀ ਔਰ ਪਲੱਸ ਸਾਨੂੰ ਰਾਈਟਰ ਬਾਰੇ ਵੀ ਪੜ੍ਹਨਾ ਪਵੇਗਾ ਪਹਿਲਾਂ ਆਪਾਂ ਰਾਈਟਰ ਬਾਰੇ ਇੰਨਾ ਨਹੀਂ ਸੀ ਪੜ੍ਹਦੇ ਬਟ ਹੁਣ ਸਾਨੂੰ ਰਾਈਟਰ ਬਾਰੇ ਵੀ ਪੜ੍ਹਨਾ ਪਏਗਾ ਠੀਕ ਹੈ ਸੋ ਸੀ ਆਪਾਂ ਪ੍ਰਾਰਥਨਾ ਕਰਦੇ ਹਾਂ ਆਪਾਂ ਅਰਦਾਸ ਕਰਦੇ ਹਾਂ ਠੀਕ ਹੈ ਹਰੇਕ ਧਰਮ ਦੇ ਅਕੋਰਡਿੰਗਲੀ ਅਲੱਗ ਅਲੱਗ ਨੇ ਜਿਸ ਤਰ੍ਹਾਂ ਆਪਾਂ ਪਰਮਾਤਮਾ ਦਾ ਨਾਮ ਲੈਂਦੇ ਹੀ ਲੈਂਦੇ ਹਾਂ ਠੀਕ ਹੈ ਓਕੇ ਸੋ ਪਰਮਾਤਮਾ ਦਾ ਨਾਮ ਆਪਾਂ ਲੈਂਦੇ ਕਿਉਂ ਹਾਂ ਪਹਿਲਾਂ ਤਾਂ ਮੈਨੂੰ ਦੱਸੋ ਆਪਾਂ ਬਹੁਤ ਵਾਰ ਪੜ੍ਹ ਚੁੱਕੇ ਹਾਂ ਹਾਰਡਲੀ ਆਪਾਂ 2-3 ਕਾਵ ਰਚਨਾਵਾਂ ਕਰ ਲਈਆਂ ਅਸੀਂ ਉਹਦੇ ਵਿੱਚ ਇਹੀ ਗੱਲਾਂ ਕਰ ਰਹੇ ਹਾਂ ਪਰਮਾਤਮਾ ਦਾ ਨਾਮ ਲੈਂਦੇ ਹੀ ਕਿਉਂ ਹਾਂ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹੈ ਕੋਈ ਦੱਸੇਗਾ ਮੈਨੂੰ ਬੋਲੇਗਾ ਕੋਈ ਜਸਲੀਨ ਅੰਮ੍ਰਿਤਪਾਲ ਸੁੱਖਾ ਜਿਹਾ ਕੁਸ਼ਚਨ ਪੁੱਛਿਆ ਕੋਈ ਮੈਂ ਔਖਾ ਕੁਸ਼ਚਨ ਨਹੀਂ ਪੁੱਛਿਆ ਤੁਹਾਡੇ ਕੋਲੋਂ ਓਕੇ ਹਿਮਾਨੀ ਯੈਸ ਹਿਮਾਨੀ ਅਸੀਂ ਪਰਮਾਤਮਾ ਦਾ ਨਾਮ ਇਸ ਲਈ ਲੈਂਦੇ ਹਾਂ ਤਾਂ ਕਿ ਸਾਡੇ ਸਾਰੇ ਦੁੱਖ ਦੂਰ ਹੋ ਜਾਣ ਅਤੇ ਸਾਨੂੰ ਨਾਮ ਸਿਮਰਨ ਦੀ ਪ੍ਰਾਪਤੀ ਹੋ ਜਾਏ ਠੀਕ ਹੈ ਗੁੱਡ ਰਾਈਟ ਓਕੇ ਵੈਰੀ ਗੁੱਡ ਰਾਈਟ ਸੋ ਇਸ ਚੈਪਟਰ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਸਾਨੂੰ ਮਤਲਬ ਕਦੀ ਨਾ ਕਦੀ ਪਰਮਾਤਮਾ ਦਾ ਨਾਮ ਲੈਣਾ ਹੀ ਹੈ ਸੋ ਕਿਉਂ ਨਾ ਆਪਾਂ ਉਹਨੂੰ ਟਾਈਮਲੀ ਸ਼ੁਰੂ ਕਰ ਦਈਏ
है ना, जिदा आप सारे बिजी हाँ, तुसी अपनी स्टडी च बिजी हो, अपनी कई अपनी फैमिली च बिजी होंगे ने, अपने बच्चे च बिजी होंगे ने, उन्होंने को टाइम नहीं होंदा है ना परमात्मा का नाम लैन का। पर इत्थे क्या गया है कि तुसी भावे 5 मिनट कढ़ो भावे 2 मिनट ही कढ़ो, पर परमात्मा का नाम जरूर लो, क्योंकि प्रार्थना विच बहुत ज्यादा शक्ति है। ठीक है, काफी हवाले दिते गए, आप अगे रीड करांगे। सो पहला बेटा तुसी राइटर दे बारे विच पढ़ना है, प्रार्थना लेख जिहड़ा है डॉक्टर बलबीर सिंह का लिखा होया है। बलबीर सिंह का जन्म कदों होया सी, 10 दिसंबर 1896। ठीक है, या तुसी बुक उत्ते इनू अंडरलाइन कर लो। जिन्होंने सीरियसली अपने पेपर की तैयारी करनी है वो की करो। ठीक है, कई इदा होंगे ना जिन्हें कुछ एक्सट्रा ऑर्डनरी करते हैं, एक्सट्रा ऑर्डनरी उन्होंने नोट्स होंगे ने। ठीक है, इस तरह के तुहाडे विच ओ फीलिंग्स होनी चाहिए कि मेरे जो नोट्स आ सब तो अच्छे होन। ठीक है, जिस तरह हॉलीडे होमवर्क भी काफ़ी बच्चे ने एफर्ट की थी, बहुत अच्छा से उन्होंने, कईयों ने बस आई चलाई की हुई है, वो थोड़ा मैं पहले ही बोल दिता। ठीक है, सो जो तुम चैप्टर शुरू करोगे इदा लिखोगे तो वह कुछ पॉइंट्स होंगे। पहला जिस तरह हो गया जन्म, ठीक है, फिर हो गया माता पिता। बुक विच भी है, तुम कहोगे कि मैम बुक विच आप क्यों दोबारा लिखिए, लिखण का यह होंदा है कि जो तुम लिख रहे हो तो जरा माइंड ना वो चीज आ जाती है। ठीक है, और प्लस जो तुम पेपर की तैयारी करनी है, मोस्टली बच्चे बुक नहीं खोलते, कई बच्चे नोटबुक तो ही लर्न करते हैं, जिन्होंने ज्यादा तैयारी करनी उन्होंने नोटबुक भी खोलनी, बुक भी खोलनी, दोनों चीजा खोलनिया। ठीक है, तो थोड़े अगे ये सारिया चीजा आ जाएगियां। ठीक है, राइट, मैं एक गल कहनी हूँ बेटा कि जिस तरह तुम्हें कुछ चैप्टर्स ने टफ लगते हैं, जिस तरह होर सबजैक्ट विच साइंस विच है, एसएसटी विच है, कई बार ना उस चैप्टर की पूरी की पूरी आप समरी लिख लेनी होंगी है, ताकि बुक पूरी खोलन की लड़ ही ना पवे। सी जिस तरह थोड़ी बुक है ना, वो एक एक्सट्रा पेज ना अटैच कर देता होंगे, वो ना उस चैप्टर की ना थोड़ी इंपॉर्टेंट लाइनस लिख ली गई हैं, ताकि पूरा चैप्टर पढ़ने की लड़ ही ना पवे। ठीक है, सो इस तरह ही माता पिता कौन है, पिता चरणदास चरण सिंह, पिता कौन है चरण सिंह, ते माता कौन है उत्तम कौर। ठीक है, उत्तम कौर होया किथे, इन्हां दा जन्म स्थान की है अमृतसर। हुण इहदे भी एमसीक्यूज बन सकते ने। ठीक है, उन्हां दा जन्म किथे होया, अमृतसर, जलंधर, पटियाला, लुधियाना, अमृतसर। ओके, सो इन्हू आप बचपन तो ही साहित्य ते ज्ञान प्राप्ति की लगन सी, लिटरेचर दे नाल बहुत ज्यादा प्यार सी, और इन्हां नू हुंदा सीगा कि मैनू कितनों कितों नॉलेज मिलती रहे। आप खालसा कॉलेज अमृतसर विच प्रोफेसर रहे ते कुछ समा कैम्ब्रिज प्रेपरेटरी स्कूल देहरादून विखे है प्रिंसीपल भी रहे सी। ठीक है, अगो इन्हां दीआं रचनावां आधुनिक पंजाबी वार्तक दे मोढ़ी लेखकां विच आप दा नाम विशेष थां रखदा है। मोढ़ी हुंदा जिन्होंने स्टार्ट किया है काम। ठीक है, जिन्हें भी पंजाबी वार्तक ने पहले नंबर ते इन्हां नूं पहले मीन्स कि पहले पांच या पहले दसां विचों दी इन्हां नूं गिणिया जांदा है। आप दीआं प्रसिद्ध पुस्तकां अंडरलाइन कर लो। हुण तुसीं फोर्थ पॉइंट बनाना है, 1, 2, 3, चौथा हो गया रचनावां। ठीक है, ए पॉइंट्स। ठीक है, रचनावां, रचनावां कीड़ियां कीड़ियां ने, लम्मी नदर, कलम दी करामात, शुद्ध स्वरूप, सुरत शब्द विचार, निरुक्त श्री गुरु ग्रंथ साहिब आदि। ठीक है, आप दी विद्वता दा प्रमाण आप दीआं लिखतां हन, मतलब जिन्नी तुहानू नॉलेज सी ओ इस गल दा प्रूफ हन तुहाडीआं रचनावां नूं पढ़ के। ठीक है, आप दीआं वडमुल्लियां साहित्यक सेवावां करके पंजाब यूनिवर्सिटी ने आप नूं डी लिट लिटरेचर, ठीक है, जिस तरह PhD हुंदी है, एक डिग्री हुंदी है, डी लिट की उपाधि नाल सन्मानिया, अते भाषा विभाग ने, विभाग पंजाब ने, हुण इत्थे फिफ्थ पॉइंट भी बन गया क्योंकि इन्हां नूं पुरस्कार भी मिलिया होया है। किहड़ा मिलिया होया है, श्रोमणी पंजाबी साहित्यकार पुरस्कार दे नाल इन्हां नूं नवाजा गया है। सो फिफ्थ की होएगा पुरस्कार किहड़ा, ठीक है, वह तुसीं लिख लेना है। यह पांच पॉइंट राइटर बारे बहुत ज्यादा जरूरी ने, या भी हो सकता है कि प्रोफेसर रहे या देहरादून विखे प्रिंसीपल रहे, ये बहुत मतलब कि इदा दे नहीं पूछे जा सकते, बट यू हैव टू प्रिपेयर। ठीक है, तो ये चार पांच चीजा हर एक राइटर बारे तुसी करनिया ही करनिया ने। ठीक है, हो गया, क्लियर है। नेक्स्ट,
लेट्स स्टार्ट द चैप्टर पेज नंबर 86। बंदे लिए अरदास एक जरूरी वस्तु है। कई मौके आते ने जदों की बड़े राठ मनुख लई भी कोई आसरा नहीं रह जाता। बड़ा राठ मनुख जड़ा इगोइस्टिक हुंदा है, जड़ा अपने आप में बहुत ज्यादा मनदा है, सिवाय एक अरदास दे सब तो सियाणा आदमी सुकरात गिणिया जाता है। सुकरात की है एक राइटर है फेमस, यह मौत तो बेपरवाह सी, यह मौत दा मतलब बेपरवाह नहीं सी करदा। जहर दा प्याला इसने शरबत वांकण पी लिता सी। क्या जाता है कि इन्हें जहर दा प्याला भी यह शरबत की तरह पी लैंदा सी, क्योंकि उन्हें कभी भी मौत का कोई भी डर नहीं सी रहिंदा। ठीक है, ऐसा आदमी भी अरदास का कायल सी। कायल मतलब उहदा आशिक सी, मतलब वह अरदास नूं बहुत ज्यादा पसंद करता सीगा, चाहे वह मौत तो डरदा नहीं सी। ठीक है, एक थां में उसने कहा ओ प्यारे पैन देवता अते इस थां दे होर सारे देवते जिन्ने भी देवता सीगे सारे, मेरी यह अर्ज कबूल करो कि मेरे अंदर मेरी रूह सुंदर बन जावे अते मेरियां सारियां बाहरलियां वस्तां इस अंदरली जीव आत्मा दे नाल इकसुर हो जाण। मतलब वह अरदास करता है, अरदास विच की कहता है कि जड़े मेरे जिन्ने भी अंदर दुख ने वो सारे दे सारे कट्टे जाण ते मेरी जड़ी आत्मा है वह इकमिक हो जाए परमात्मा दे नाल। ठीक है, नेक्स्ट पैरा, सिख धर्म विच अरदास दी एक खास अहमियत है। ठीक है, बहुत सारे जिन्ने भी धर्म ने सबना दे विच अरदास की एक खास अहमियत है, पर इतने इन्होंने सिख धर्म विच लई अरदास का जिक्र किया है। सारियां रीतां रस्मां दी थावें सिख दी एक अरदास काफी है। रस्मां रीतां मतलब कि असी देखो जदों तुसी इनोग्रेशन करते हो, घर दी करते हो, या तुसी शॉप लीती है, या कोई चंगा काम करन जा रहे हो, ब्याह शादी है। ठीक है, तुसी हर एक अपने अपने धर्म के अकॉर्डिंगली कोई ना कोई जिस तरह पूजा पाठ करवाते हो। ठीक है, इस तरह ही सिखिज्म दे विच अरदास करवाई जाती है हर एक रस्म दे विच, चाहे वह ब्याह की रस्म होवे, चाहे वह किसी का जन्म होया होवे, ठीक है, या किसी की मौत भी हुई होवे, तां भी आपां अरदास करते हाँ। किद्दां? क्योंकि मौत मतलब उहदी एक जिहड़ी जिंदगी है वह खत्म होगी, पर अगली लाइफ तो शुरू होनी है ना, इसलिए भी आपां अरदास करते हाँ कि उहदी आत्मा नूं शांति मिले। सारे परमार्थक साधना की जगह एक अरदास ही लोड़ी वस्तु है। मतलब एक सिर्फ अरदास ही कर ली जाए तो वह भी बहुत बड़ी गल है। अरदास की जरूरत हर संसारक मौके उपर है, जन्म वेले, मरण वेले, ब्याह वेले, जंग वेले। इनू अंडरलाइन कर लो कि अरदास की जरूरत कितने कितने पै सकती है, या उपर एक सब तो सियाणा आदमी किसन कहा गया है, सुकरात नू। अंडरलाइन कर दे जाओ बेटा। ठीक है, हर एक जड़ा अफसर है, जड़ा भी मौके ने, खास मौके ने, उत्थे आपां अरदास जरूर करते हाँ। नेक्स्ट पेज, सन 1893 विच खालसा ट्रैक्ट सोसाइटी का मुढ़ बजदा है। अंडरलाइन कर लो इनू, 1893 विच खालसा ट्रैक्ट सोसाइटी मुड मतलब के उदो इसकी शुरुआत हुई सी 1893 विच खालसा ट्रैक्ट सोसाइटी दी। ठीक है, इस सोसाइटी दे जड़े करता करता सन जिन्होंने यह शुरुआत की सी ओ सी भाई वीर सिंह जी। भाई वीर सिंह जी दी तुसी कविता पढ़ी आई थी, नाइन्थ विच तुसी समा कविता पढ़ी हुई है। ठीक है, बहुत बड़े जड़े कवि हुए सन यह। ठीक है, इन्होंने इस सोसाइटी की मतलब कि नींह रखी सी, राइट। इनू भी अंडरलाइन कर लो, इसका पहला ट्रैक्ट जो छपिया उसका नाम प्रार्थना है। पहला ट्रैक्ट जरा छपिया उसका नाम की सी, इनू भी अंडरलाइन कर लो, प्रार्थना। इस विच सिर्फ अरदास की जरूरत ही नहीं दर्शाएगी, परंतु संकेतिक तौर पर दस्या है कि किसी भी काम का आरंभ अरदास तो होना चाहिए है। मतलब ये यह दस्या गया अरदास की अहमियत नूं दस्या गया, क्यों करनी चाहिए है, किद्दां जरूरी है मनुख की लाइफ के विच। ते दूसरा कि कोई भी काम शुरू करन तो पहला सानू हमेशा अरदास या परमात्मा का नाम लेना बहुत ज्यादा जरूरी हुंदा है। ठीक है, खालसा ट्रैक्ट सोसाइटी का मुढ़ इस अरदास तो ही हुंदा है। मतलब जदों उन्होंने इस दी नींह रखी तां भी उन्होंने अरदास कीती सी। ठीक है, हुण जदों आपां मान लो नवां घर लैंदे हाँ ते असीं उहदा नींह पत्थर रखदे हां ना, मतलब घर शुरू करन लगे आपां एक इट रख दे दी आ,
ਨਾਰੀਅਲ ਵਗੈਰਾ ਆਪਾਂ ਫੋੜਦੇ ਹਾਂ, ਠੀਕ ਹੈ, ਜਾਂ ਕਈ ਹੁੰਦੇ ਨੇ ਕਈ ਜਿਸ ਤਰ੍ਹਾਂ ਆਪਣੇ ਆਪਣੇ ਅਕੋਰਡਿੰਗਲੀ ਆਪਾਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਕਿ ਜੋ ਮੈਂ ਕੰਮ ਸ਼ੁਰੂ ਕਰਨ ਲੱਗਾ ਹਾਂ ਇਹਨੂੰ ਖਤਮ ਮਤਲਬ ਸਹੀ ਤਰ੍ਹਾਂ ਕਰੇ, ਕੋਈ ਪ੍ਰੋਬਲਮ ਕ੍ਰੀਏਟ ਨਾ ਹੋਣ। ਕਈ ਬੱਚੇ ਨੇ ਮੰਨ ਲਓ ਪੇਪਰ ਦੇਣ ਜਾਂਦੇ ਨੇ, ਠੀਕ ਹੈ, ਤੇ ਪੇਪਰ ਜਦੋਂ ਦੇਣ ਜਾਂਦੇ ਨੇ ਉਦੋਂ ਮੱਥਾ ਟੇਕ ਕੇ ਜਾਂਦੇ ਨੇ, ਮੰਦਿਰ ਵਿੱਚ ਜਾਂਦੇ ਨੇ, ਗੁਰਦੁਆਰੇ ਵਿੱਚ ਜਾਂਦੇ ਨੇ, ਜਾਂਦੇ ਹੈ ਨਾ, ਤੇ ਕਈ ਚਲੋ ਜਾਂਦੇ ਨੀ, ਮੈਂ ਨੀ ਕਹਿੰਦੀ, ਮਤਲਬ ਕਈ ਹੁੰਦੇ ਨੇ ਕਿ ਉੱਥੇ ਹੀ ਬੈਠੇ ਜਦੋਂ ਪੇਪਰ ਸ਼ੁਰੂ ਹੁੰਦਾ ਤੇ ਉਦੋਂ ਹੀ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਆ ਕਿ ਇਹ ਪ੍ਰਮਾਤਮਾ ਮੇਰਾ ਜਿਹੜਾ ਪੇਪਰ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋਵੇ। ਮਤਲਬ ਇਹ ਨੀ ਕਿ ਤੁਸੀਂ ਪੜ੍ਹ ਕੇ ਆਏ ਹੋਵੋਗੇ ਤਾਂ ਹੀ ਰੱਬ ਤੁਹਾਡੀ ਮਦਦ ਕਰੇਗਾ ਨਾ, ਹੈ ਨਾ, ਇਹ ਥੋੜੇ ਨਾ ਕਿ ਜੇ ਤੁਸੀਂ ਬਿਨਾਂ ਪੜ੍ਹੇ ਹੀ ਆ ਜਾਓ ਤੇ ਤੁਸੀਂ ਕਹੋ ਕਿ ਬਾਬਾ ਜੀ ਸਾਰਾ ਮੇਰਾ ਪੇਪਰ ਕਰਾ ਦੇ, ਉਦਾਂ ਵੀ ਨੀ ਹੋਏਗਾ। ਤੁਸੀਂ ਮਿਹਨਤ ਕਰੋਗੇ, ਬਸ ਇੱਕ ਸਾਥ ਤੁਹਾਡਾ ਪ੍ਰਮਾਤਮਾ ਨੇ ਦੇਣਾ ਹੈ, ਤੇ ਅਰਦਾਸ ਵੀ ਇਹੀ ਹੈ, ਤੁਹਾਨੂੰ ਮਤਲਬ ਕਿ ਜੀਵਨ ਦੀ ਇੱਕ ਜਾਂਚ ਸਿਖਾਉਂਦੀ ਹੈ, ਤੁਸੀਂ ਚੰਗੇ ਇਨਸਾਨ ਬਣ ਸਕੋ, ਸਰਬੱਤ ਦਾ ਭਲਾ ਕਰ ਸਕੋ, ਇਹੀ ਅਰਦਾਸ ਸਿਖਾਉਂਦੀ ਹੈ। ਠੀਕ ਹੈ, ਪੜ੍ਹੇ ਲਿਖੇ ਨੌਜਵਾਨ ਪੁੱਛਦੇ ਨੇ ਕਿ ਅਰਦਾਸ ਸੁਣੀ ਜਾਂਦੀ ਹੈ, ਕਿ ਅਰਦਾਸ ਦਾ ਉੱਤਰ ਮਿਲਦਾ ਹੈ, ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ, ਅਰਦਾਸ ਫਰਜ਼ ਹੈ, ਉੱਤਰ ਗੈਰ ਜ਼ਰੂਰੀ ਹੈ। ਹੁਣ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਜਿਸ ਤਰ੍ਹਾਂ ਕਿ ਤੁਸੀਂ, ਠੀਕ ਹੈ, ਨਿਊ ਜਨਰੇਸ਼ਨ ਜਿਹੜੇ ਉਹ ਕੀ ਪੁੱਛਦੀ ਹੈ ਕਿ ਅਸੀਂ ਕਿਉਂ ਪਰਮਾਤਮਾ ਦਾ ਨਾਮ ਲਈਏ। ਠੀਕ ਹੈ, ਹੁਣ ਜਿਸ ਤਰ੍ਹਾਂ ਤੁਸੀਂ ਲੋਕ ਹੋ, ਤੁਸੀਂ ਆਪਣੀ ਸਟੱਡੀ ਵਿੱਚ ਨੋ ਡਾਊਟ ਬਹੁਤ ਜ਼ਿਆਦਾ ਬਿਜ਼ੀ ਹੋ, ਠੀਕ ਹੈ, ਤੇ ਤੁਸੀਂ ਕਹਿੰਦੇ ਹੋ ਕਿ ਆਪਾਂ ਪਰਮਾਤਮਾ ਦਾ ਨਾਮ ਹੱਲੇ ਨਹੀਂ ਲੈਣਾ, ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਆ, ਫਿਰ ਲੈ ਲਵਾਂਗੇ, ਰਾਈਟ। ਤੇ ਤੁਸੀਂ ਕਹਿੰਦੇ ਹੋ ਕਿ ਜੇ ਆਪਾਂ ਅਰਦਾਸ ਕਰਦੇ ਹਾਂ ਤੇ ਸਾਨੂੰ ਇਹਦਾ ਆਨਸਰ ਮਿਲਦੇ ਨੇ, ਕਈ ਏਦਾਂ ਦੇ ਨੇ, ਤੇ ਆਪਾਂ ਕਹਿੰਦੇ ਨਾ ਕਿ ਜੇ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਈ ਹੋਵੇ, ਕੋਈ ਸਾਨੂੰ ਜ਼ਿੰਦਗੀ ਦਾ ਏਦਾਂ ਦਾ ਕੋਈ ਕੁਐਸਚਨਸ ਹੈ ਜਿਹੜਾ ਸਾਨੂੰ ਸਮਝ ਨਹੀਂ ਲੱਗਦਾ ਕਿ ਮੇਰੀ ਲਾਈਫ ਏਦਾਂ ਦੀ ਕਿਉਂ ਹੈ, ਠੀਕ ਹੈ, ਤੇ ਆਪਾਂ ਕੀ ਹੈ ਅਰਦਾਸ ਪੜ੍ਹਦੇ ਹਾਂ ਤੇ ਉਹਦੇ ਵਿੱਚ ਉਹਦੀ ਸਾਨੂੰ ਆਟੋਮੈਟਿਕਲੀ ਆਨਸਰ ਮਿਲ ਜਾਂਦਾ ਹੈ। ਹੁਣ ਕਈ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਕਿ ਸਾਨੂੰ ਮਿਲੇ ਹੀ ਮਿਲੇ ਅਰਦਾਸ, ਮਤਲਬ ਇਹ ਨਹੀਂ ਹੈਗਾ, ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ, ਸਾਨੂੰ ਲਗਾਤਾਰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ, ਠੀਕ ਹੈ, ਉਹਦਾ ਅੰਤ ਵਿੱਚ ਰਿਵਾਰਡ ਕਿਤੇ ਨਾ ਕਿਤੇ ਮਿਲਦਾ ਹੀ ਹੈ। ਕਈ ਏਦਾਂ ਦੇ ਲੋਕੀ ਨੇ, ਠੀਕ ਹੈ, ਤੁਹਾਡੇ ਵਿੱਚ ਵੀ ਨੇ ਕਈ ਏਦਾਂ ਦੇ ਜਿਹੜੀ ਆਪਣਾ ਕੰਮ ਕਰਕੇ ਦੂਸਰਿਆਂ ਨੂੰ ਦਿੰਦੇ ਨੇ। ਲੋਕ ਭਲਾਈ ਕੀਤੀ ਤੁਸੀਂ, ਹੈ ਨਾ, PT1 ਚ ਕੀਤੀ, ਕਾਪੀ ਦੇਣ ਵਿੱਚ ਕੀਤੀ, ਰਾਈਟ, ਤੇ ਬਟ ਉਹ ਲੋਕ ਭਲਾਈ ਨਹੀਂ ਹੁੰਦੀ, ਉਹ ਹੁੰਦਾ ਆਪਣੇ ਫਰੈਂਡ ਨੂੰ ਤੁਸੀਂ ਵਿਗਾੜ ਰਹੇ ਹੋ, ਰਾਈਟ। ਪਰ ਲੋਕ ਭਲਾਈ ਇਹ ਹੈ ਜਿਹੜਾ ਸੱਚੀ ਮੁੱਚੀ ਨੀਡੀ ਹੋਵੇ, ਸੱਚੀ ਵਿੱਚ ਜਿਸ ਨੂੰ ਜ਼ਰੂਰਤ ਹੋਵੇ ਤੁਸੀਂ ਉਸਦੀ ਹੈਲਪ ਕੀਤੀ, ਅੰਤ ਵਿੱਚ ਉਹਦਾ ਰਿਵਾਰਡ ਜਿਹੜਾ ਹੈ ਉਹ ਮਿਲਦਾ ਹੀ ਮਿਲਦਾ ਹੈ, ਠੀਕ ਹੈ, ਅੰਤ ਵਿੱਚ। ਚਾਹੇ ਤੁਹਾਨੂੰ ਪੂਰੀ ਜਦੋਂ ਤੁਸੀਂ ਪੂਰਾ ਲਾਈਫ ਸਪੈਂਡ ਕਰ ਲਿੱਤੀ, ਤੁਸੀਂ ਕਹੋ ਆ ਮੈਨੂੰ ਹਲੇ ਤੱਕ ਤਾਂ ਮਿਲਿਆ ਕੁਛ ਨਹੀਂ, ਮੈਂ ਹੈਲਪ ਕਰਦਾ ਰਿਹਾ ਗਿਆ, ਪਰ ਕਿਤੇ ਨਾ ਕਿਤੇ ਜਾ ਕੇ ਉਹਦਾ ਅਵਾਰਡ ਜਾਂ ਰਿਵਾਰਡ ਤੁਹਾਨੂੰ ਮਿਲਦਾ ਹੀ ਮਿਲਦਾ ਹੈ, ਠੀਕ ਹੈ। ਓਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ, ਅੰਡਰਲਾਈਨ ਕਰ ਲਓ, ਓਸਕਰ ਵਾਇਲਡ, ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਹੁਣ ਓਸਕਰ ਵਾਇਲਡ ਕੀ ਕਹਿੰਦਾ, ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ, ਕਿਉਂਕਿ ਜੇ ਅਰਦਾਸ ਦਾ ਉੱਤਰ ਮਿਲਣ ਲੱਗ ਪਵੇ ਫਿਰ ਤਾਂ ਤੁਸੀਂ ਸਾਰੇ ਜਿੰਨੇ ਵੀ ਆਪਣੇ ਕੁਐਸਚਨਸ ਨੇ, ਜਿੰਨੀਆਂ ਵੀ ਤੁਹਾਡੀਆਂ ਕੁਆਰੀਜ਼ ਹੈ, ਉਹਨਾਂ ਨੂੰ ਸੋਲਵ ਕਰਨ ਲਈ ਫਿਰ ਤਾਂ ਤੁਸੀਂ ਅਰਦਾਸ ਕਰੋਗੇ, ਫਿਰ ਅਰਦਾਸ ਦਿਲੋਂ ਨਹੀਂ ਕਰੋਗੇ, ਹੈ ਨਾ। ਹੁਣ ਤਾਂ ਫਿਰ ਤੁਸੀਂ ਇੱਦਾਂ ਕਰੋਗੇ, ਹਾਂ ਮੈਨੂੰ ਮੈਨੂੰ ਇਹ ਵਾਲੇ ਕੁਐਸਚਨ ਦਾ ਆਂਸਰ ਚਾਹੀਦਾ, ਚਲੋ ਅਰਦਾਸ ਕਰ ਲਈਏ, ਠੀਕ ਹੈ। ਐਸਾ ਨਹੀਂ ਹੈ, ਉਹ ਕਹਿੰਦੇ ਕਿ ਆਂਸਰ ਮਿਲਣਾ ਹੀ ਨਹੀਂ ਚਾਹੀਦਾ, ਮਨੁੱਖ ਨੂੰ ਫਲ ਦੀ ਇੱਛਾ ਰੱਖਣੀ ਹੀ ਨਹੀਂ ਚਾਹੀਦੀ, ਠੀਕ ਹੈ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਇਹ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ। ਮਤਲਬ ਉਹ ਤਾਂ ਇੱਕ ਖਤ ਦਾ ਸਿਲਸਿਲਾ ਹੋ ਗਿਆ ਕਿ ਮੈਂ ਕੁਐਸਚਨ ਕੀਤਾ, ਅਰਦਾਸ ਪੜ੍ਹੀ, ਮੈਨੂੰ ਆਂਸਰ ਮਿਲ ਗਿਆ, ਫਿਰ ਦੂਸਰੀ ਵਾਰੀ ਆਏ, ਕੁਐਸਚਨ ਕੀਤਾ, ਆਂਸਰ ਮਿਲਿਆ, ਠੀਕ ਹੈ। ਮਤਲਬ ਉਹ ਤਾਂ ਫਿਰ ਏਦਾਂ ਹੀ ਇੱਕ ਕੁਐਸਚਨ ਆਂਸਰ ਦਾ ਹੀ ਸਿਲਸਿਲਾ ਰਹਿ ਜਾਏਗਾ, ਫਿਰ ਉਹ ਅਰਦਾਸ ਸੱਚੇ ਦਿਲੋਂ ਅਰਦਾਸ ਕੀਤੀ ਨਹੀਂ ਹੋਏਗੀ, ਠੀਕ ਹੈ। ਇਸ ਲਿਹਾਜ਼ ਵਿੱਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ। ਇਹ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ, ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ, ਠੀਕ ਹੈ। ਕਹਿੰਦੇ ਹਨ ਕਿ ਜਿਹੜੀ ਅਰਦਾਸ ਹੈ ਬਹੁਤ ਨਿਰਾਲੀ ਚੀਜ਼ ਹੈ, ਬਹੁਤ ਅਨੋਖੀ ਹੈ, ਕਿੱਦਾਂ, ਕਿਉਂਕਿ ਇਹਦੇ ਵਿੱਚ ਆਪਾਂ ਸੈਲਫ ਆਪਣੇ ਨਿੱਜੀ ਲੈਵਲ ਤੋਂ ਆਪਾਂ ਉੱਪਰ ਉੱਠ ਜਾਂਦੇ ਹਾਂ, ਅਸੀਂ ਆਪਣੀ ਜਿਹੜੀ ਸਾਡੀ ਪ੍ਰਾਈਵੇਟ ਲਾਈਫ ਹੈ ਅਸੀਂ ਇਹਨੂੰ ਹੀ ਨਹੀਂ ਦੇਖਦੇ। ਅਰਦਾਸ ਦਾ ਮਤਲਬ, ਪਾਠ ਦਾ ਮਤਲਬ ਕੀ ਹੈ, ਪਾਠ ਪੂਜਾ ਦਾ ਮਤਲਬ ਕਿ ਮਨੁੱਖ ਆਪਣੇ ਬਾਰੇ ਸੋਚੀ ਜਾਵੇ, ਨੋ, ਮਨੁੱਖ ਦੂਸਰਿਆਂ ਬਾਰੇ ਵੀ ਸੋਚੇ, ਸਰਬੱਤ ਦੇ ਭਲੇ ਬਾਰੇ ਵੀ ਸੋਚੇ, ਠੀਕ ਹੈ। ਫਿਰ ਜਦੋਂ ਤੁਸੀਂ ਅਰਦਾਸ ਕਰਨੀ ਸ਼ੁਰੂ ਕਰਦੇ ਹੋ, ਤੁਹਾਡਾ ਇੱਕ ਜਿਹੜਾ ਸੈਲਫ ਹੈ ਆਪਣੇ ਆਪ ਨਾਲੋਂ ਤੁਸੀਂ ਟੁੱਟ ਕੇ
ਦੂਸਰਿਆਂ ਦੇ ਨਾਲ ਜੁੜਦੇ ਹੋ, ਸਮਾਜ ਦੇ ਨਾਲ ਜੁੜਦੇ ਹੋ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਅਰਦਾਸ। ਸਿੱਖ ਦੀ ਅਰਦਾਸ ਤਦੇ ਹੀ ਸਫਲ ਹੁੰਦੀ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋਵੇ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਲਸਰੂਪ ਹੈ। ਠੀਕ ਹੈ, ਮਤਲਬ ਕੀ ਹੈ, ਹੁਣ ਸਾਨੂੰ ਲਕਸ਼ਰੀ ਲਾਈਫ ਚਾਹੀਦੀ ਹੈ। ਠੀਕ ਹੈ, ਮੰਨ ਲਓ ਕਿ ਤੁਹਾਡੇ ਕੋਲ ਆਲਰੇਡੀ ਦੇਖੋ ਪਰਮਾਤਮਾ ਨੇ ਦਿੱਤਾ ਤੁਹਾਡੇ ਕੋਲ ਸਭ ਕੁਛ ਹੈ, ਹਨਾ, ਫਿਰ ਵੀ ਅਸੀਂ ਕਹਿੰਦੇ ਹਾਂ ਕਿ ਨਹੀਂ ਮੇਰੇ ਕੋਲ ਆ ਵੀ ਹੋਣਾ ਚਾਹੀਦਾ, ਉਹ ਵੀ ਹੋਣਾ ਚਾਹੀਦਾ। ਪਰ ਕਦੀ ਇਫੈਕਟ ਹੈ, ਕਦੀ ਤੁਸੀਂ ਸੋਚ ਕੇ ਦੇਖਿਓ ਕਿ ਮਤਲਬ ਕਈ ਏਦਾਂ ਦੇ ਵੀ ਇਨਸਾਨ ਨੇ ਜਿਨ੍ਹਾਂ ਕੋਲ ਇਹ ਵੀ ਚੀਜ਼ਾਂ ਨਹੀਂ ਹੈਗੀਆਂ ਜੋ ਤੁਹਾਡੇ ਕੋਲ ਹੈ, ਹਨਾ। ਤੁਹਾਡੇ ਕੋਲ ਛੱਤ ਤਾਂ ਹੈ, ਉੱਥੇ ਹੀ ਭਰੋਸਾ ਰੱਖੋ, ਪਰਮਾਤਮਾ ਦਾ ਸ਼ੁਕਰ ਕਰੋ ਕਿ ਤੂੰ ਮੈਨੂੰ ਛੱਤ ਦਿੱਤੀ ਹੈ, ਰੋਟੀ ਖਾਣ ਨੂੰ ਮਿਲਦੀ ਹੈ, ਬਹੁਤ ਵਧੀਆ ਰੋਟੀ ਖਾਣ ਨੂੰ ਮਿਲਦੀ ਆ, ਉੱਥੇ ਪਰਮਾਤਮਾ ਦਾ ਸ਼ੁਕਰ ਕਰੋ ਕਿ ਮੈਨੂੰ ਰੋਟੀ ਮਿਲ ਰਹੀ ਹੈ, ਦੋ ਵਕਤ ਦੀ ਜਾਂ ਤਿੰਨ ਵਕਤ ਦੀ। ਠੀਕ ਹੈ, ਕਈ ਏਦਾਂ ਦੇ ਨੇ ਜਿਹਨਾਂ ਵਿਚਾਰਿਆਂ ਨੂੰ ਇੱਕ ਵਕਤ ਦੀ ਰੋਟੀ ਤੱਕ ਨਹੀਂ ਮਿਲਦੀ। ਠੀਕ ਹੈ, ਹੁਣ ਕਈ ਆਪਣੇ ਜਿੰਨਾ ਵੀ ਕੋਈ ਵੀਕਨੈਸਿਸ ਹੁੰਦੀਆਂ ਨੇ ਉਹਨਾਂ ਨੂੰ ਇਹੀ ਬਸ ਕਰਦੇ ਰਹਿੰਦੇ ਨੇ, ਹਾਏ ਮੇਰੇ ਵਿੱਚ ਇਹ ਵਾਲੀ ਕਮੀ ਹੈ। ਕਈ ਕਹਿ ਰਹਿੰਦੇ ਆ ਮੈਂ ਮੇਰਾ ਮਤਲਬ ਕਿ ਜਿਹੜਾ ਸ਼ਕਲ ਹੈ ਉਹ ਸੋਹਣੀ ਨਹੀਂ ਹੈਗੀ। ਕਦੀ ਵੀ ਏਦਾਂ ਦੇ ਮਤਲਬ ਜਿਹੜੀ ਬਾਹਰੀ ਹੈ, ਨੋ ਡਾਊਟ ਅੱਜ ਕੱਲ੍ਹ ਸਭ ਕੁਛ ਦੇਖਿਆ ਜਾਂਦਾ ਹੈ। ਠੀਕ ਹੈ, ਕਈ ਵਾਰੀ ਹੁੰਦਾ ਮੇਰੇ ਕੋਲ ਪੈਸੇ ਬੜੇ ਘੱਟ ਆ, ਦੂਸਰੇ ਕੋਲ ਪੈਸੇ ਬਹੁਤ ਜ਼ਿਆਦਾ ਹੈ, ਪਰ ਜਿਹੜੇ ਜਿੰਨੇ ਤੁਹਾਡੇ ਕੋਲ ਨੇ ਤੁਸੀਂ ਉਹਦੇ ਵਿੱਚ ਗੁਜ਼ਾਰਾ ਕਰਨਾ ਸਿੱਖੋ ਤਾਂ ਤੁਸੀਂ ਕਦੀ ਵੀ ਆਪਣੀ ਲਾਈਫ ਵਿੱਚ ਦੁਖੀ ਨਹੀਂ ਹੋਵੋਗੇ। ਠੀਕ ਹੈ, ਕਈ ਲੋਕੀ ਓਦਾਂ ਦੇ ਵੀ ਨੇ ਜਿਹੜੀਆਂ ਝੁੱਗੀਆਂ ਝੋਂਪੜੀਆਂ ਚ ਰਹਿੰਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਆਹ ਮੀਂਹ ਹਨੇਰੀ ਆਉਂਦਾ ਤੇ ਕਿੰਨੀ ਮੁਸ਼ਕਿਲ ਹੁੰਦੀ ਹੈ। ਸਾਡੇ ਕੋਲ ਤਾਂ ਪੱਕੇ ਮਕਾਨ ਨੇ, ਏਸੀ ਲੱਗੇ ਹੋਏ ਹਨ, ਹਨਾ, ਸਾਨੂੰ ਮਾੜੀ ਮੋਟੀ ਗਰਮੀ ਫੀਲ ਹੁੰਦੀ ਤਾਂ ਆਪਾਂ ਏਸੀ ਚਲਾ ਕੇ ਬਹਿ ਜਾਂਦੇ ਹਾਂ ਨਾ। ਤੇ ਕਈ ਲੋਕੀ ਏਦਾਂ ਦੇ ਵੀ ਜਿਹੜੇ ਇੱਕ ਰੁੱਖ ਦੇ ਥੱਲੇ ਬੈਠ ਕੇ ਠੰਡੀ ਠੰਡੀ ਛਾਂ ਦਾ ਆਨੰਦ ਮਾਣਦੇ, ਉਹ ਤਾਂ ਵੀ ਖੁਸ਼ ਨੇ। ਕਿਉਂ ਖੁਸ਼ ਨੇ? ਕਿਉਂਕਿ ਉਹਨਾਂ ਦੀਆਂ ਜ਼ਰੂਰਤਾਂ ਓਨੀਆਂ ਕੀ ਨੇ, ਉਹ ਪਰਮਾਤਮਾ ਦੇ ਹਰ ਇੱਕ ਰਜ਼ਾ ਵਿੱਚ ਖੁਸ਼ ਰਹਿੰਦੇ ਨੇ, ਕਦੀ ਉਹਨਾਂ ਨੇ ਪਰਮਾਤਮਾ ਤੋਂ ਸ਼ਿਕਾਇਤਾਂ ਨਹੀਂ ਕੀਤੀਆਂ। ਪਰ ਕਈ ਲੋਕੀ ਏਦਾਂ ਦੇ ਜਿਹੜੇ ਹਮੇਸ਼ਾ ਪਰਮਾਤਮਾ ਤੋਂ ਸ਼ਿਕਾਇਤਾਂ ਹੀ ਕਰਦੇ ਨੇ, ਹਮੇਸ਼ਾ ਮੰਗਣਦੇ ਹੀ ਰਹਿੰਦੇ। ਪਰ ਜੋ ਹੈ ਤੁਸੀਂ ਉਹਦੇ ਵਿੱਚ ਖੁਸ਼ ਰਹੋ। ਠੀਕ ਹੈ, ਔਰ ਆਪਣੇ ਲਈ ਨਹੀਂ ਸੋਚੋ, ਦੂਸਰਿਆਂ ਲਈ ਸੋਚੋ, ਪਰ ਇੰਨਾ ਪੋਜ਼ਿਟਿਵ ਵੇ। ਠੀਕ ਹੈ, ਪੋਜ਼ਿਟਿਵ ਵੇ ਚ ਸੋਚੋ, ਤਾਂ ਹੀ ਤੁਹਾਡੀ ਜਿਹੜੀ ਅਰਦਾਸ ਹੈ ਜਾਂ ਤੁਸੀਂ ਪੂਜਾ ਪਾਠ ਕਰਦੇ ਹੋ ਉਹ ਸਕਸੈਸਫੁਲ ਹੁੰਦਾ ਹੈ। ਕਲੀਅਰ ਹੈ? ਇੱਥੋਂ ਤੱਕ ਬੇਟਾ ਆਪਾਂ ਅੱਜ ਰੀਡ ਕਰਾਂਗੇ। ਠੀਕ ਹੈ, ਬਾਕੀ ਅਸੀਂ ਕੰਟੀਨਿਊ ਕੱਲ ਕਰਾਂਗੇ। ਕਿਸੇ ਦਾ ਕੋਈ ਡਾਊਟ ਹੋਵੇ ਤੇ ਪੁੱਛੋ। ਐਨੀਵਨ? ਕੋਈ ਡਾਊਟ ਨਹੀਂ ਕਿਸੇ ਦਾ? ਸਾਰਾ ਇੱਥੋਂ ਤੱਕ ਚੈਪਟਰ ਕਲੀਅਰ ਹੈ? ਹਰ ਇੱਕ ਜਿਹੜੀ ਇੰਪੋਰਟੈਂਟ ਲਾਈਨਸ ਨੇ ਇਹਨਾਂ ਨੂੰ ਅੰਡਰਲਾਈਨ ਕਰ ਲਓ। ਅਸਾਈਨਮੈਂਟ ਮੈਂ ਤੁਹਾਨੂੰ ਇਸ ਚੈਪਟਰ ਜਦੋਂ ਖਤਮ ਹੋ ਜਾਏਗਾ ਉਦੋਂ ਮੈਂ ਤੁਹਾਨੂੰ ਸੈਂਡ ਕਰ ਦੇਵਾਂਗੀ। ਠੀਕ ਹੈ।